ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਜਿਸ ਅਸਥਾਨ ਦੇ ਦਰਸ਼ਨ ਕਰ ਰਹੇ ਹੋ, ਇਹ ਅਸਥਾਨ ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ ਗੁਰਦੁਆਰਾ ਸ੍ਰੀ ਕੋਟ ਸਾਹਿਬ ਹੈ। ਅਤੇ ਸੰਗਤਾਂ ਦੇ ਗਿਆਤ ਲਈ ਦੱਸ ਦਈਏ ਕਿ ਇਹ ਇੱਕ ਤਖ਼ਤ ਹੈ। ਇਸ ਤਖ਼ਤ ਦਾ ਨਾਮ ਸ੍ਰੀ ਪੀਰੀ ਮੀਰੀ ਤਖ਼ਤ ਹੈ। ਸ੍ਰੀ ਪੀਰੀ ਮੀਰੀ ਤਖ਼ਤ 'ਤੇ ਛੇਵੇਂ ਪਾਤਸ਼ਾਹ ਜੀਆਂ ਨੇ ਇਸ ਤਖ਼ਤ ਦਾ ਨਾਮ ਆਪ ਰੱਖਿਆ, ਕਿਉਂਕਿ ਇਹ ਇਸ ਅਸਥਾਨ ਦੇ ਬਾਹਰ ਦੀਵਾਰ ਦੇ ਉੱਪਰ ਜੋ ਅਕ੍ਰਿਤੀ ਮਿਲੀ ਉਸਦੇ ਉੱਪਰ ਵੀ ਇਹੀ ਅੱਖਰ, ਇਹੀ ਸ਼ਬਦਾਵਲੀ ਉਕਰੀ ਹੋਈ ਹੈ ਕਿ ਇਸ ਤਖ਼ਤ ਦਾ ਨਾਮ ਸ੍ਰੀ ਪੀਰੀ ਮੀਰੀ ਤਖ਼ਤ ਹੈ। ਛੇਵੇਂ ਪਾਤਸ਼ਾਹ ਮਹਾਰਾਜ ਇੱਥੇ ਬਿਰਾਜਮਾਨ ਹੁੰਦੇ ਰਹੇ ਨੇ, ਅਤੇ ਮਹਾਰਾਜ ਤੋਂ ਬਾਅਦ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਪਾਤਸ਼ਾਹ ਜੀ ਨੂੰ ਗੁਰਤਖ਼ਤ ਲਈ ਦਾ ਤਿਲਕ ਇੱਥੇ ਦਿੱਤਾ ਗਿਆ, ਅਤੇ ਮਹਾਰਾਜ ਜੀ ਵੀ ਬਿਰਾਜਮਾਨ ਹੁੰਦੇ ਰਹੇ ਨੇ। ਉਸ ਤੋਂ ਬਾਅਦ ਅੱਠਵੇਂ ਪਾਤਸ਼ਾਹ ਵੀ ਇੱਥੇ ਆਸਣ ਲਾ ਕੇ ਬਿਰਾਜਦੇ ਰਹੇ ਨੇ, ਅਤੇ ਉਹਨਾਂ ਤੋਂ ਬਾਅਦ ਇਹ ਵੀ ਅਖੀਰ ਦੇ ਵਿੱਚ ਜ਼ਿਕਰ ਮਿਲਦਾ, ਲਿਖਿਆ ਹੋਇਆ ਅਕ੍ਰਿਤੀ ਦੇ ਉੱਪਰ ਕਿ ਦਸਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਉਹ ਵੀ ਇਸ ਤਖ਼ਤ ਦੇ ਉੱਪਰ ਬਿਰਾਜਦੇ ਰਹੇ ਨੇ, ਆਸਣ ਲਾਉਂਦੇ ਰਹੇ ਨੇ, ਮਹਾਰਾਜ ਜੀ ਦੀਵਾਨ ਇੱਥੇ ਸਜਾਉਂਦੇ ਰਹੇ ਨੇ। ਅਤੇ ਇਸ ਦੀ ਬਨਾਵਟ ਆਪ ਜੀ ਦੇਖ ਸਕਦੇ ਹੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜੋ ਬਨਾਵਟ ਹੈ ਬਿਲਕੁਲ ਉਸੇ ਤਰ੍ਹਾਂ ਦੀ ਇਸ ਦੀ ਬਨਾਵਟ ਹੈ, ਅਤੇ ਬੜੀਆਂ ਘੱਟ ਸੰਗਤਾਂ ਨੂੰ ਪਤਾ ਹੈ। ਗੁਰਦੁਆਰਾ ਸ੍ਰੀ ਕੋਟ ਸਾਹਿਬ ਅਤੇ ਇਸਦੇ ਬਾਹਰ ਵਾਲੇ ਪਾਸੇ ਸੱਤਵੇਂ ਪਾਤਸ਼ਾਹ ਅਤੇ ਅੱਠਵੇਂ ਪਾਤਸ਼ਾਹ ਜੀਆਂ ਦਾ ਪ੍ਰਕਾਸ਼ ਅਸਥਾਨ ਹੈ, ਸੋ ਸਾਰੀ ਸੰਗਤ ਨੂੰ ਇੱਥੇ ਦਰਸ਼ਨ ਕਰਨੇ ਚਾਹੀਦੇ ਨੇ ਜੀ। ਇਸ ਤਖ਼ਤ ਦਾ ਨਾਮ ਸ੍ਰੀ ਪੀਰੀ ਮੀਰੀ ਤਖ਼ਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।